ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ YouTube ਚੈਨਲ ਦੇ ਉੱਪਰ ਚਲਦੀ-ਦਲਦੀ ਵੀਡੀਓ ਸਾਰੇ ਵੀਰ ਸ਼ੇਅਰ ਜਰੂਰ ਕਰਦੇ ਹੋ ਜੀ ਜਿਹੜੇ ਜਿਹੜੇ ਵੀਰ ਸਰਦਾਰੀ ਨੂੰ ਪਿਆਰ ਕਰਦੇ ਆ ਅੱਜ ਆਪਾਂ ਵੀਡੀਓ ਲੈ ਕੇ ਆਂ ਜੀ ਮਾਰਨਿੰਗ ਪੱਗ ਦੀ ਪੋਚਮੀ ਪੱਗ ਜਿਹੜੀ ਇਹ ਸਟਾਰਟਿੰਗ ਬੇਸ ਤੋਂ ਦੇਖੋ ਜੀ ਬੇਸ ਕਿਵੇਂ ਆਪਾਂ ਕੇਸਾਂ ਦਾ ਬੰਨਣਾ ਜਿਹੜੇ ਵੀਰਾਂ ਦੇ ਬੱਚਿਆਂ ਦੇ ਕੇਸ ਭਾਰੀ ਨੇ ਜਿਆਦਾ ਲੰਬੇ ਕੇਸ ਨੇ ਬੇਸ ਸੱਟ ਨਹੀਂ ਆਉਂਦਾ ਇਸ ਤਰੀਕੇ ਨਾਲ ਕੇਸਾਂ ਨੂੰ ਦੋਨਾਂ ਸਾਈਡਾਂ ਤੋਂ ਘੁਮਾ ਕੇ ਅੱਗੇ ਲਿਆਉਣਾ ਹੈਗਾ ਜਿਹੜੇ ਵੀਰਾਂ ਦੇ ਕੇਸ ਅੱਗੇ ਨਹੀਂ ਆਉਂਦੇ ਤਾਂ ਉਹਨਾਂ ਨੇ ਇਹੀ ਚੀਜ਼ ਕੀਤੀ ਹੈ ਇੱਕ ਗੱਠ ਦੇ ਕੇ ਇਹ ਦੋਨਾਂ ਜਿਹੜੇ ਕੇਸਾਂ ਦੀ ਲੜੀਆਂ ਨੇ ਉਹਨਾਂ ਨੂੰ ਬਰਾਬਰ ਕਰਕੇ ਵਟਾ ਦੇ ਕੇ ਐਦਾਂ ਖੜਾ ਲੈਣਾ ਸੋ ਜਿਹੜੇ ਵੀਰਾਂ ਦੇ ਕੇਸ ਛੋਟੇ ਆ ਪਿੱਛੇ ਹੀ ਰਹਿ ਜਾਂਦੇ ਆ ਤਾਂ ਉਹਨਾਂ ਨੇ ਇਹੀ ਸੇਮ ਸਟੈਪ ਪਿੱਛੇ ਯੂਜ਼ ਕਰਨਾ ਤੇ ਕੇਸਾਂ ਦੇ ਉੱਪਰ ਆਪਾਂ ਇੱਕ ਛੋਟਾ ਪਟਕਾ ਬੰਨਣਾ ਜੀ ਅੱਧਾ ਮੀਟਰ ਦਾ ਤੁਸੀਂ ਕੋਈ ਵੀ ਪਟਕਾ ਜਿਹੜਾ ਲੈ ਕੇ ਤਾਂ ਜੋ ਆਪਣੇ ਜਿਹੜੇ ਕੇਸ ਇਹਨੂੰ ਟਖੇ ਜਾਣ ਤੇ ਉਹਨਾਂ ਦਾ ਪ੍ਰੋਪਰ ਬੇਸ ਬਣ ਜਵੇ ਉਹ ਆਪਾਂ ਇਹ ਲਾ ਯੂਜ਼ ਕਰਨਾ ਉਹਦੇ ਉੱਪਰ ਸੋ ਵੀਡੀਓ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਦੱਸਾਂਗੇ ਕਿ ਕਿਵੇਂ ਜਿਹੜਾ ਲੜ ਕਿੱਥੋਂ ਲਿਆ ਕੇ ਕਿਹੜਾ ਲੜ 모ੜਨਾ ਮੇਨ ਚੀਜ਼ ਜਿਹੜੇ ਵੀਰਾਂ ਦਾ ਡਾਊਟ ਸੀਗਾ ਕਿ ਫਰੰਟ ਤੋਂ ਜਿੱਥੋਂ ਮੇਨ ਪੱਗ ਦੀ ਨੋਕ ਬਣਦੀ ਆ ਉਹ ਚੀਜ਼ ਬਣਦੀ ਨਹੀਂ ਤਿੱਖੀ ਪੱਗ ਨਹੀਂ ਹੁੰਦੀ ਸੋ ਉਹ ਚੀਜ਼ ਅੱਜ ਤੁਹਾਨੂੰ ਆਪਾਂ ਪੂਰੀ ਡਿਟੇਲ ਦੇ ਵਿੱਚ ਦੱਸਾਂਗੇ ਸੋ ਜਦੋਂ ਜਿਹੜਾ ਕਿ ਬੇਸ ਤੁਸੀਂ ਬੰਨਣਾ ਕੋਈ ਵੀ ਤੁਸੀਂ ਕੱਪੜਾ ਬੰਨਦੇ ਹੋ ਤੇ ਉਸ ਤੋਂ ਬਾਅਦ ਮੰਨ ਲਓ ਅੱਧਾ ਮੀਟਰ ਤੁਸੀਂ ਲੈਂਥ ਦਾ ਜਿਹੜਾ ਬੇਸ ਵਾਲਾ ਉੱਪਰ ਕੱਪੜਾ ਬੰਨਿਆ ਉਸ ਤੋਂ ਬਾਅਦ ਜਿਹੜਾ ਗੱਠ ਦੇਣ ਤੋਂ ਬਾਅਦ ਬਾਕੀ ਕੱਪੜਾ ਰਹਿੰਦਾ ਉਹਦੀ ਸੈਟਿੰਗ ਕਰਕੇ ਉਹਨੂੰ ਕੇਸ ਕੀ ਵਾਂਗੂ ਇੱਕ ਸਾਈਡ ਤੋਂ ਲਿਆ ਕੇ ਦੂਸਰੀ ਸਾਈਡ ਵੱਲ ਨੂੰ ਸੱਜੇ ਤੋਂ ਖੱਬੇ ਜਾਂ ਖੱਬੇ ਤੋਂ ਸੱਜੇ ਦੋਨਾਂ ਸਾਈਡਾਂ ਤੋਂ ਜਿੱਦਾਂ ਤੁਹਾਡਾ ਹੱਥ ਸੌਖਾ ਲੱਗੇ ਉਹ ਉਸ ਪਾਸੇ ਨੂੰ ਕਮਾ ਲੈਣਾ ਵੈਸੇ ਤਾਂ ਪੱਗ ਉਹਦੇ ਵਾਂਗੂ ਹੀ ਜਿਹੜਾ ਲੜ ਹੈ ਉਹ ਤੁਸੀਂ ਲੈ ਕੇ ਆਓ ਉਸ ਤੋਂ ਬਾਅਦ ਬਾਜ ਦੇ ਨਾਲ ਜਿਹੜੇ ਕੇਸ ਨੇ ਉਹਨਾਂ ਨੂੰ ਅੰਦਰ ਕਰ ਲੈਣਾ 50 ਬਣਨ ਤੋਂ ਪਹਿਲਾਂ ਇਹ ਚੀਜ਼ ਦਾ ਧਿਆਨ ਰੱਖਣਾ ਕਿ ਕੇਸ ਨੇ ਜਿਹੜੇ ਪਹਿਲਾਂ ਹੀ ਅੰਦਰ ਕਰ ਲਓ ਕਈ ਵਾਰ ਕੀ ਹੁੰਦਾ ਪੂਰੀ ਪੱਗ ਬੰਨੀ ਤੇ ਆਪਾਂ ਬਾਜ ਦੇ ਨਾਲ ਬਾਅਦ ਚੋਂ ਕੇਸ ਅੰਦਰ ਕਰਦੇ ਆ ਪ੍ਰੋਪਰ ਕੇਸ ਅੰਦਰ ਨਹੀਂ ਜਾਂਦੇ ਕੁਝ ਸਮੇਂ ਬਾਅਦ ਜਿਹੜੇ ਕੇਸ ਨੇ ਉਹ ਦੁਬਾਰਾ ਪੱਗ ਤੋਂ ਬਾਹਰ ਆ ਜਾਂਦੇ ਆ ਸੋ ਉਹ ਬਹੁਤ ਜ਼ਿਆਦਾ ਵੀਰਾਂ ਦਾ ਇੱਕ ਕੁਐਸਚਨ ਹੁੰਦਾ ਕਿ ਕੁਝ ਸਮੇਂ ਬਾਅਦ ਪੱਗ ਚੋਂ ਕੇਸ ਬਾਹਰ ਆ ਜਾਂਦੇ ਆ ਤੋਹੀ ਚੱਕਰ ਹੁੰਦਾ ਕਿ ਆਪਾਂ ਨਾਲ ਦੇ ਨਾਲ ਉਹ ਚੀਜ਼ ਨੂੰ ਸਹੀ ਨਹੀਂ ਕਰਦੇ ਐਂਡ ਤੇ ਆ ਕੇ ਜਿਹੜਾ ਬਾਜ ਨਾਲ ਕੇਸ ਅੰਦਰ ਕਰਦੇ ਆ ਜੋ ਬੇਸ ਜਦੋਂ ਤੁਸੀਂ ਬੰਨਣਾ ਨਾਲ ਦੇ ਨਾਲ ਜਿਹੜੇ ਕੇਸ ਨੇ ਉਹਨਾਂ ਨੂੰ ਤੁਸੀਂ ਅੰਦਰ ਕਰਨਾ ਸੋ ਹੁਣ ਜਿਹੜੀ ਪੱਗ ਲਈ ਗਿਆ ਜੀ 5.5 ਮੀਟਰ ਕੱਪੜਾ ਪਿਓਰ ਫਾਲ ਵੈਲ ਦਾ ਤੇ ਇਹਨੂੰ ਗਿੱਲੀ ਕਰਕੇ ਪੱਗ ਨੂੰ ਛੱਟਾ ਲਾ ਕੇ ਤੇ ਤਾਂ ਪੂਣੀ ਕਰ ਲਈ ਆ ਤੇ ਜਿਹੜਾ ਆਪਾਂ ਪਹਿਲਾ ਲੜ ਲਾਇਆ ਜੀ ਦੇਖੋ ਜਦੋਂ ਵੀ ਤੁਸੀਂ ਕਿਸੇ ਦੂਸਰੇ ਦੇ ਪੱਗ ਬੰਨਦੇ ਹੋ ਸੋ ਪਹਿਲਾ ਲੜ ਮੈਂ ਖਲਾਰ ਕੇ ਲਾਇਆ ਦੇਖੋ ਇਹਦੇ ਨਾਲ ਆਪਾਂ ਨੂੰ ਦੋ ਚੀਜ਼ਾਂ ਦਾ ਫਾਇਦਾ ਹੁੰਦਾ ਇੱਕ ਤਾਂ ਜਦੋਂ ਆਪਾਂ ਸ਼ਰਟਾ ਖੜਦੇ ਹਾਂ ਕਈ ਵਾਰ ਕੀ ਹੁੰਦਾ ਕਿ ਸੈਂਟਰ ਤੋਂ ਜਿਹੜਾ ਆਪਣਾ ਪਹਿਲਾ ਲੜ ਹੁੰਦਾ ਜਿੱਥੇ 50 ਹੁੰਦੀ ਹੈ ਬੀ ਸ਼ੇਪ ਉਹ ਲੜ ਖਿਸਕ ਜਾਂਦਾ ਸ਼ਰਟਾ ਖਣ ਵੇਲੇ ਸੋ ਉਹਦੇ ਨਾਲੋਂ ਚੰਗਾ ਜੇ ਆਪਾਂ ਪਹਿਲਾਂ ਹੀ ਜਿਹੜਾ ਆਪਣਾ ਪਹਿਲਾ ਲਾੜਾ ਉਹਨੂੰ ਸਿਰ ਦੇ ਉੱਪਰੋਂ ਖਲਾਰ ਕੇ ਲਾ ਲਈਏ ਕਿਤਾ ਆਪਣਾ ਟਾਈਮ ਬਚੂਗਾ ਦੂਸਰਾ ਸੇਟਾ ਹਣ ਵੇਲੇ ਜਿਹੜੀ ਉਹ ਪ੍ਰੋਬਲਮ ਆਉਂਦੀ ਆ ਲੜਖਿਸ਼ ਕਰਨ ਵਾਲੀ ਉਹ ਦੂਰ ਹੋ ਜੂਗੀ ਪਹਿਲਾ ਲੜ ਆਪਾਂ ਜਿਹੜੀ ਆਈਬ੍ਰੋ ਆ ਪੂਰੀ ਕਵਰ ਕਰਕੇ ਅੱਖ ਅੱਧੀ ਅੱਖ ਢਾਕੇ ਲਾਉਣਾ ਉਸ ਤੋਂ ਬਾਅਦ ਦੂਸਰਾ ਲੜ ਕੰਨ ਦੇ ਉੱਪਰੋਂ ਦੀ ਲਿਆ ਕੇ ਇੱਕ ਵਾਰ ਅੰਗੂਠੇ ਨਾਲ ਜਿਹੜਾ ਲੜ ਧਬਕੇ ਰੱਖ ਦੇਣਾ ਉਸ ਤੋਂ ਬਾਅਦ ਉਹਨੂੰ ਖਿੱਚਣਾ ਖਿੱਚਣ ਤੋਂ ਬਾਅਦ ਆਮ ਤੌਰ ਤੇ ਆਪਾਂ ਉਹਨੂੰ ਇੱਕ ਵਾਰ ਮੋੜਦੇ ਹਾਂ ਤੇ ਜਿੱਥੇ ਗੱਲ ਆਉਂਦੀ ਆ ਮੋਰਨੀ ਪੱਗਦੀ ਤੇ ਤਿੱਖੀ ਸ਼ੇਪ ਦੀ ਤਿੱਖੀ ਪੱਗ ਬਨਣ ਦੀ ਤਿੱਖੀ ਨੋਕ ਬਣਾਉਣ ਦੀ ਉੱਥੇ ਜੇ ਤੁਸੀਂ ਅੰਗੂਠਾ ਲਾ ਕੇ ਇੱਕ ਵਾਰ ਲੜ ਰੱਖਤਾ ਜਦੋਂ ਉਹਨੂੰ ਦੂਸਰੀ ਵਾਰ ਖਿੱਚ ਕੇ ਮੋੜਨਾ ਤਾਂ ਉਹਨੂੰ ਘੱਟੋ ਘੱਟ ਦੋ ਵਾਰ ਮੋੜਨਾ ਜ਼ਰੂਰੀ ਆ ਤਾਂ ਹੁਣ ਤੁਸੀਂ ਆ ਲੜ ਤੇ ਦੇਖਿਓ ਚੰਗੀ ਤਰ੍ਹਾਂ ਉਹਦੀ ਦੇਖੋ ਸੈਟਿੰਗ ਕਰਕੇ ਪਤਲਾ ਪਾਸਾ ਥੱਲੇ ਖਿੱਚ ਲੈਣਾ ਇੱਕ ਵਾਰ ਅੰਗੂਠਾ ਲਾ ਕੇ ਲੜ ਉੱਪਰ ਰੱਖ ਲਿਆ ਫਿਰ ਉਹਨੂੰ ਖਿੱਚਣਾ ਖਿਚਣ ਤੋਂ ਬਾਅਦ ਪੂਰਾ ਲੜਾ ਆਪਣਾ ਸੈੱਟ ਕਰਕੇ ਉਂਗਲਿਆਂ ਤੇ ਅੰਗੂਠਿਆਂ ਨਾਲ ਇੱਕ ਵਾਰ ਮੋੜਿਆ ਫਿਰ ਦੂਸਰੀ ਵਾਰ ਦੇ ਨਾਲ ਤੀਸਰੀ ਵਾਰ ਸੋ ਜਿਹੜੇ ਵੀਰਾਂ ਦੀ ਸ਼ੇਪ ਕਹਿੰਦੇ ਆ ਕਿ ਸਾਨੂੰ ਤਿੱਖੀ ਨੋਕ ਵਾਲੀ ਪੱਗ ਚਾਹੀਦੀ ਆ ਜੋ ਤੁਸੀਂ ਜਦੋਂ ਇੱਕ ਵਾਰ ਅੰਗੂਠਾ ਲਾ ਕੇ ਲੜ ਮੋੜਿਆ ਉਸ ਤੋਂ ਬਾਅਦ ਜਦੋਂ ਖੇਚਣਾ ਲੜਨ ਨੂੰ ਉਂਗਲੀ ਤੇ ਅੰਗੂਠੇ ਨਾਲ ਦੋ ਵਾਰ ਅੰਗੂਠਾ ਲਾਉਣਾ ਹੀ ਲਾਉਣਾ ਸੋ ਜਿੰਨਾਂ ਉਹਨੂੰ ਆਪਾਂ ਘੋਟਾਂਗੇ ਉਨੀ ਜਿਆਦਾ ਜਿਹੜੀ ਨੋਕ ਤਿੱਖੀ ਤੇ ਆਪਣੀ ਬਰੀਕ ਹੋਊਗੀ ਸੋ ਇਹਦੇ ਤੋਂ ਉਲਟ ਅਗਰ ਤੁਸੀਂ ਤਿੱਖੀ ਜਿਆਦਾ ਨੋਕ ਨਹੀਂ ਚਾਹੁੰਦੇ ਹੈਗੇ ਜਿਆਦਾ ਬਰੀਕ ਜਿਹੜੀ ਸ਼ੇਪ ਆ ਅੱਗੋਂ ਫਰੰਟ ਤੋਂ ਨਹੀਂ ਕਰਨੀ ਤਾਂ ਕਰਨਾ ਕੀ ਆ ਉਹੀ ਬਸ ਸਿੰਪਲ ਇੱਕ ਵਾਰ ਜਿਵੇਂ ਅੰਗੂਠਾ ਲਾ ਕੇ ਦੇਖੋ ਲੜ ਰੱਖਿਆ ਉਸ ਤੋਂ ਬਾਅਦ ਉਹਨੂੰ ਖਿੱਚ ਕੇ ਉਹਦੇ ਚ ਬਲ ਕੱਢ ਕੇ ਬਸ ਹਲਕੇ ਜਿਹੇ ਹੱਥਾਂ ਦੇ ਨਾਲ ਉਂਗਲੀ ਤੇ ਅੰਗੂਠੇ ਨਾਲ ਇੱਕ ਵਾਰ ਲੜ ਨੂੰ ਆਪਾਂ 모ੜ ਦੇਣਾ ਸੋ ਉਹਦੇ ਨਾਲ ਸ਼ੇਪ ਜਿਆਦਾ ਤਿੱਖੀ ਨਹੀਂ ਜਾਊਗੀ। ਤੋਂ ਇਹ ਚੀਜ਼ਾਂ ਜਿਹੜੀਆਂ ਇਹਨਾਂ ਦਾ ਧਿਆਨ ਰੱਖਣ ਦੀ ਲੋੜ ਆ ਸੋ ਤੋਂ ਵੀ ਸੈਂਟਰ 'ਚ ਲੜ 모ੜਨਾ ਉਹ ਜਿੱਥੋਂ ਆਪਾਂ ਲੜ 모ੜਦੇ ਆ ਇੱਥੇ ਹੀ ਜਿਹੜੀ ਮੇਨ ਜਿੱਥੋਂ ਲੜ ਨਿਕਲਦਾ ਇੱਥੇ ਸਾਰੀ ਕਲਾ ਗਰੀਆ ਮੋੜਨ ਦਾ ਤਰੀਕਾ ਜਦੋਂ ਆ ਗਿਆ ਤਾਂ ਕੋਈ ਵੀ ਆਪਾਂ ਜਦੋਂ ਪੱਗ ਬੰਨਦੇ ਆ ਉਹ ਸੌਖਾ ਰਹਿੰਦਾ ਆਪਾਂ ਨੂੰ ਸਿੱਖਣਾ ਤੇ ਜਿਹੜੇ ਆਪਣੇ ਸੱਜੇ ਪਾਸੇ ਵਾਲੇ ਲੜਨੇ ਸਾਰੇ ਉੱਪਰਲੇ ਸਾਈਡ ਤੋਂ ਬਰਾਬਰ ਰਹਣਗੇ ਜਿਵੇਂ ਆਪਾਂ ਪਟਿਆਲਾ ਸ਼ਾਹੀ ਪੱਗ ਬੰਨਦੇ ਆ ਉਹ ਜਿਹਦੇ ਵਿੱਚ ਥੱਲੇ ਨੂੰ ਆਉਂਦੇ ਆ ਪਰ ਜਿਹੜੀ ਪੂਛਮੀ ਮੋਰਨੀ ਆਪਣੀ ਪੱਗ ਹੁੰਦੀ ਹੈ ਇਹਦੇ ਵਿੱਚ ਜਿਹੜੇ ਲੜਨੇ ਉੱਪਰ ਵਾਲੇ ਬਿਲਕੁਲ ਸਾਰੇ ਬਰਾਬਰ ਰਹਿੰਦੇ ਆ ਤੋ ਪੂਣੀ ਦਾ ਪਤਲਾ ਪਾਸਾ ਹਮੇਸ਼ਾ ਥੱਲੇ ਜਾਊਗਾ ਜੀ ਆਪਣਾ ਮੋਟਾ ਪਾਸਾ ਉੱਪਰ ਉੱਪਰਲੇ ਪਾਸਿਓਂ ਜਿੰਨੇ ਆਪਾਂ ਲੜ ਲਾਉਣੇ ਆ ਦੋਨਾਂ ਸਾਈਡਾਂ ਤੋਂ ਨਾਲ ਦੀ ਨਾਲ ਮੋੜਨੇ ਜ਼ਰੂਰੀ ਨੇ ਕਿਉਂਕਿ ਪੱਗ ਦੀ ਪ੍ਰੋਪਰ ਗਲਾਈ ਤੇ ਪ੍ਰੋਪਰ ਸ਼ੇਪ ਉਹਦੇ ਨਾਲ ਹੀ ਆਪਣੀ ਆ ਜਿੰਨਾ ਆਪਾਂ ਲੜ ਲਾਉਣਾ ਪੂਰੀ ਸਫਾਈ ਨਾਲ ਉੱਪਰਲੇ ਪਾਸਿਓਂ ਵੀ ਦੋਨਾਂ ਪਾਸਿਓਂ ਜਿਹੜਾ ਮੋੜਨਾ ਫਿਰ ਜਦੋਂ ਜਦੋਂ ਆਪਾਂ ਲਾਸਟ ੜ ਤੱਕ ਆ ਗਏ ਫਿਰ ਜਿਹੜਾ ਆਪਾਂ ਸਿਰ ਜਿਹੜਾ ਆਪਾਂ ਢੱਕ ਲੈਣਾ ਪਹਿਲਾਂ ਹੀ ਜਿਹੜਾ ਪਹਿਲੇ ਲੜ ਖਲਾਰ ਕੇ ਲਾਇਆ ਸੀਗਾ ਬਸ ਉਹਨੂੰ ਥੋੜਾ ਜਿਹਾ ਖਿੱਚ ਕੇ ਜਿਹੜਾ ਸਿਰ ਟਕਿਆਗਾ ਸੋ ਹੁਣ ਆਪਾਂ ਪੱਗ ਦੀ ਸੈਟਿੰਗ ਕਰਨੀ ਆ ਸਭ ਤੋਂ ਪਹਿਲਾਂ ਜਿਹੜੀ ਆਪਾਂ ਪੱਗ ਆ ਉਹਨੂੰ ਅੱਖ ਤੋਂ ਚੱਕਾਂਗੇ ਲੜ ਨੂੰ ਪੱਗ ਨੂੰ ਤੁਸੀਂ ਕਮਾ ਕੇ ਵੀ ਦੋਨਾਂ ਸਾਈਡ ਤੋਂ ਬਰਾਬਰ ਕਰ ਸਕਦੇ ਹੋ ਸਿੰਪਲ ਅਗਰ ਲੜ ਬਾਜ ਫੇਰ ਕੇ ਸਹੀ ਹੁੰਦਾ ਤਾਂ ਉਹਦੇ ਨਾਲ ਦੋ ਤਰੀਕੇ ਦੋਨੇ ਸਹੀ ਨੇ ਤੋ ਹੁਣ ਆਪਾਂ ਜਿਹੜਾ 50 ਦਾ ਸਾਈਜ਼ ਆ 50 ਨਾ ਤਾਂ ਜ਼ਿਆਦਾ ਵੱਡੀ ਹੋਣੀ ਚਾਹੀਦੀ ਐ ਨਾ ਜ਼ਿਆਦਾ ਨਿੱਕੀ ਹੋਣੀ ਚਾਹੀਦੀ ਆ। ਸੋ ਜਿਹੜੇ ਜਿਹੜੇ ਵੀਰਾਂ ਨੂੰ ਹੁੰਦੀ ਆ ਪ੍ਰੋਬਲਮ ਕਿ 50 ਜ਼ਿਆਦਾ ਵੱਡੀ ਰਹਿ ਜਾਂਦੀ ਆ ਤੁਸੀਂ ਉਹਨੂੰ ਬਾਜ ਦੇ ਨਾਲ ਬਾਅਦ ਤੋਂ ਜਿਆਦਾ ਸਿੰਪਲ ਬਾਜ ਨਾਲ ਉੱਪਰ ਨੂੰ ਚੱਕ ਦੋ ਜਾਂ ਥੱਲੇ ਵਾਲੇ ਪਾਸੇ ਫੋਲਡ ਕਰ ਦੋ। ਤੇ ਅਗਰ ਤੁਸੀਂ ਥੱਲੇੋਂ 50 ਫੋਲਡ ਕਰਨੀ ਆ ਤਾਂ ਧਿਆਨ ਰੱਖੇ ਕਿ ਜਦੋਂ ਵੀ 50 ਤੁਸੀਂ ਬੰਨ੍ਹਣੀ ਆ ਉਹ ਜ਼ਿਆਦਾ ਟਾਈਟ ਨਹੀਂ ਬੰਨ੍ਹਣੀ। ਅਗਰ ਮੱਥੇ ਤੇ ਜ਼ਿਆਦਾ ਟਾਈਟ 50 ਬੰਨੀ ਹੋਊਗੀ ਜਦੋਂ ਉਹਨੂੰ ਆਪਾਂ ਫੋਲਡ ਕਰਾਂਗੇ ਤਾਂ ਹੋ ਸਕਦਾ ਕਿ ਆਪਣਾ ਜਿੱਥੋਂ 50 ਫੋਲਡ ਉਪਰ ਮੱਥੇ ਤੇ ਨਿਸ਼ਾਨ ਜੇ ਪੈ ਜਾਂਦਾ ਕਈ ਵਾਰ ਜਾਂ ਸਿਰ ਦਰਦ ਵੀ ਹੋਣ ਲੱਗ ਜਾਂਦਾ ਬਹੁਤ ਵੀਰ ਇਦਾਂ ਕਹਿੰਦੇ ਕਿ ਜਦੋਂ 50 ਥੱਲੇ ਮੋੜਦੇ ਆ ਤੇ ਜਦੋਂ ਜ਼ਿਆਦਾ ਲੋਡ ਤੋਂ ਜ਼ਿਆਦਾ ਟਾਈਟ ਬੰਨੀ ਹੁੰਦੀ ਆ ਤਾਂ ਇਹ ਚੀਜ਼ਾਂ ਜਿਹੜੀਆਂ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ ਇਸ ਕਰਕੇ 50 ਦੀ ਜ਼ਿਆਦਾ ਟਾਈਟ ਕਰਨ ਦੀ ਲੋੜ ਨਹੀਂ ਥੱਲੇ ਉਹ ਜਿਹੜਾ بیس ਵਾਲਾ ਕੱਪੜਾ ਉਹ ਤੁਸੀਂ ਟਾਈਟ ਕਰ ਸਕਦੇ ਹੋ ਸੋ ਲਾਸਟ ਲੜ ਲਾਉਣ ਤੋਂ ਪਹਿਲਾਂ ਆਪਾਂ ਬਾਏ ਫੇਰ ਕੇ ਚੰਗੀ ਤਰ੍ਹਾਂ ਪੂਰੀ ਪੱਗ ਦੀ ਸਫਾਈ ਕਰਨੀ ਆ ਇਰ ਉਸ ਤੋਂ ਬਾਅਦ ਜਿਹੜੀ ਸ਼ੇਪ ਆ ਉੱਪਰਲੇ ਪਾਸਿਓਂ ਕੱਲੇ ਕੱਲੇ ਲੜ ਨੂੰ ਆਪਾਂ ਘੁੱਟ ਕੇ ਨਾਲ ਦੀ ਨਾਲ ਮੋੜ ਕੇ ਉਹਦੀ ਸੈਟਿੰਗ ਕਰਨੀ ਆ ਕਿਉਂਕਿ ਲਾਸਟ ਲੜ ਲੱਗੇ ਤੋਂ ਬਾਅਦ ਅਗਰ ਸ਼ੇਪ ਦੀ ਆਪਾਂ ਸੈਟਿੰਗ ਕਰਾਂਗੇ ਲਾਸਟ ਲੜ 'ਚ ਬਲ ਪੈ ਜਾਂਦਾ ਜਾਂ ਓਵਰਾਲ ਪੱਗ ਲੁੱਕ ਖਰਾਬ ਹੋ ਜਾਂਦੀ ਆ ਲਾਸਟ ਲੜ ਲਾਉਣ ਤੋਂ ਪਹਿਲਾਂ ਜਿੰਨੀ ਤੁਸੀਂ ਪੱਗ ਦੀ ਜਿਹੜੀ ਆ ਸੈਟਿੰਗ ਕਰ ਸਕਦੇ ਹੋ ਕਰੋ ਚਾਹੇ ਆਪਣੇ ਬਨ ਰਹੇ ਹੋ ਜਾਂ ਦੂਸਰੇ ਦੇ ਠੀਕ ਆ ਜੀ ਇੱਕ ਗੱਲ ਹੋਰ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ ਬਹੁਤ ਵੀਰਾਂ ਦਾ ਇਹ ਸਵਾਲ ਹੁੰਦਾ ਕਿ ਜਿਹੜਾ ਲਾਸਟ ਲੜ ਹੁੰਦਾ ਜਦੋਂ ਆਪਾਂ ਨੂੰ ਲਾ ਦਿੰਨੇ ਆ ਥੋੜੀ ਜੇ ਸਮੇਂ ਬਾਅਦ ਉਹ ਚ ਬਲ ਪੈਣ ਲੱਗ ਜਾਂਦੇ ਆ ਉਹ ਬਲ ਕਾਹ ਤੋਂ ਪੈਣ ਲੱਗ ਜਾਂਦੇ ਆ ਜਾਂ ਕਹਿੰਦੇ ਵੀ ਸਾਡਾ ਲਾਸਟ ਲੜ ਖਿਸਕਣ ਲੱਗ ਜਾਂਦਾ ਸੋ ਦਾ ਕਾਰਨ ਇਹ ਹੁੰਦਾ ਕਿ ਲਾਸਟ ਲੜ ਦੇ ਥੱਲੇ ਉਹਨੂੰ ਸਪੋਰਟ ਦੇਣ ਲਈ ਲੜ ਨਹੀਂ ਹੁੰਦੇ ਜਿਵੇਂ ਹੁਣ ਆਪਾਂ ਸਾਰੇ ਲੜ ਅੱਖ ਤੱਕ ਖੋਲੇ ਨੇ ਘਟੋ ਘਟ 2 ਜਾਂ 3 ਲੜ ਥੋੜੇ ਹੋਣੇ ਚਾਹੀਦੇ ਨੇ ਅੱਖ ਤੱਕ ਖੋਲੇ ਤਾਂ ਜੋ ਲਾਸਟ ਲੜ ਤੁਹਾਡਾ ਟਾਈਟ ਰਹੇ ਜੋ ਬਲ ਨਾ ਪੈਣਾ ਹੋ ਇੱਕ ਗੱਲ ਹੋਰ ਜਿਹੜਾ ਲਾਸਟ ਲੜ ਕਿਵੇਂ ਲਾਉਣਾ ਇਹ ਵੀ ਬਹੁਤ ਵੀਰਾਂ ਦਾ ਸਵਾਲ ਹੈ ਕਿ ਪਤਾ ਨਹੀਂ ਲੱਗਦਾ ਉਹ ਦੇਖੋ ਜੀ ਲਾਸਟ ਲੜ ਲਾਉਣ ਤੋਂ ਪਹਿਲਾਂ ਸੈਂਟਰ 'ਚ ਪਿੰਨ ਲਾ ਲਿਆ ਇੱਕ ਲੜ ਨੂੰ ਦੋਨਾਂ ਪਾਸਿਆਂ ਤੋਂ ਅੰਦਰ ਨੂੰ ਫੋਲਡ ਕਰਕੇ ਉਹਦੀ ਪੂਣੀ ਬਣਾ ਕੇ ਲੜ ਨੂੰ ਲਿਆ ਕੇ ਬਿਲਕੁਲ ਆਪਾਂ ਜਿੱਥੇ ਲਾਉਣਾ ਰੱਖਤਾ ਜਦੋਂ ਉਹ ਦੋਨਾਂ ਸਾਈਡਾਂ ਤੋਂ ਅੰਦਰ ਨੂੰ ਫੋਲਡ ਕਰ ਦਿੰਦੇ ਹਾਂ ਉਂਗਲੀ ਸੌਰੀ ਦੋਨਾਂ ਪਾਸਿਆਂ ਤੋਂ ਫੋਲਡ ਕਰਦੇ ਹਾਂ ਉੱਪਰੋਂ ਥੱਲੇ ਨੂੰ ਥੱਲੇ ਉੱਪਰ ਨੂੰ ਜਦੋਂ ਪੂਣੀ ਬਣ ਜਾਂਦੀ ਹੈ ਲੜ ਦੀ ਆਪਾਂ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਸਫਾਈ ਕਰਨੀ ਆਟੋਮੈਟਿਕਲੀ ਜਿਹੜਾ ਲੜ ਸੈੱਟ ਆ ਜਾਵਾ ਫਿਰ ਜਿੱਥੇ ਆਪਾਂ ਪੱਗ ਪੈਨ ਲਾਇਆ ਉਹਦੇ ਥੱਲੇ ਲਿਆ ਕੇ ਬਿਲਕੁਲ ਲੜ ਰੱਖ ਲੈਣਾ ਤੇ ਉਂਗਲੀ ਤੇ ਅੰਗੂਠੇ ਨਾਲ ਲੜਨ ਨੂੰ ਆਪਾਂ ਕਮਾ ਦੇਣਾ ਪਹਿਲਾ ਪੱਗ ਪੈਨ ਦਾ ਆਪਾਂ ਨੂੰ ਫਾਇਦਾ ਤਾਂ ਹੀ ਆ ਇਹ ਲਾਉਣੇ ਵੀ ਆਪਾਂ ਇਸ ਕਰਕੇ ਆ ਕਿ ਜਦੋਂ ਆਪਾਂ ਲੜ ਕਲਗੀ ਵਾਲਾ ਕਮਾਈਏ ਉਹ ਕਿਸੇ ਪਾਸੇ ਖਿਸਕੇ ਨਾ ਤੇ ਪ੍ਰੋਪਰ ਸ਼ੇਪ 'ਚ ਆਪਣਾ ਲੜ ਲੱਗ ਜੀਵੇ ਦੂਸਰੇ ਨੰਬਰ ਤੇ ਲਾਸਟ ਲੜ ਉਹਨਾਂ ਜਿਆਦਾ ਵਧੀਆ ਤਰੀਕੇ ਨਾਲ ਤੇ ਓਨੀ ਸਫਾਈ ਨਾਲ ਉਦੋਂ ਲੱਗੂਗਾ ਜਦੋਂ ਆਪਣਾ ਲੜ ਬਿਲਕੁਲ ਪੂਰਾ ਪੂਰਾ ਆਊਗਾ ਪੂਰਾ ਪੂਰਾ ਕਹਿਣ ਤੋਂ ਭਾਵ ਨਾ ਤਾਂ ਜਿਆਦਾ ਵੱਡਾ ਲੜ ਆਇਆ ਹੋਵੇ ਨਾ ਬਹੁਤ ਜਿਆਦਾ ਨਿੱਕਾ ਆਇਆ ਹੋਵੇ ਜਿਆਦਾ ਵੱਡਾ ਲੜ ਵੀ ਮੋੜਨ ਲੱਗਿਆ ਦਿੱਕਤ ਕਰਦਾ ਤੇ ਜਿਆਦਾ ਪਤਲਾ ਲੜ ਹੈਨਾ ਉਹ ਵੀ ਜਿਹੜਾ ਕਿ ਲਾਉਣ ਦੇ ਵਿੱਚ ਮੁਸ਼ਕਲ ਆਉਂਦੀ ਆ ਸੋ ਜਦੋਂ ਵੀ ਪੱਗ ਬੰਨਣੀ ਆ ਮੂੰਹ ਵਾਲਾ ਲੜ ਆਪਣਾ ਉਸ ਅਕੋਰਡਿੰਗ ਰੱਖਿਆ ਕਰੋ ਕਿ ਤੁਹਾਡਾ ਜਿਹੜਾ ਲਾਸਟ ਲੜ ਵਧੀਆ ਤਰੀਕੇ ਨਾਲ ਪੂਰਾ ਆਵੇ ਸੋ ਹੁਣ ਉੱਪਰਲੇ ਲੜਾਂ ਦੀ ਸਫਾਈ ਕਰਕੇ ਆਪਾਂ ਜਿਹੜਾ ਮੂੰਹ ਵਾਲਾ ਲੜ ਸੀ ਉਹ ਲਾ ਦੇਣਾ ਸੋ ਵੀਡੀਓ ਕਿਦਾਂ ਲੱਗੀ ਜਰੂਰ ਦੱਸਿਓ ਅਗਲੀ ਵੀਡੀਓ ਆਪਾਂ ਛੇ ਲੜਾਂ ਜੇ ਲੈ ਕੇ ਆਵਾਂਗੇ ਚੈਨਲ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਂ ਅਗਲੀ ਵੀਡੀਓ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ